ਅਸਲਾਮ ਵਾਲੇਕੁਮ ਵਿਵਰ ਵਿਵਰ, ਮੈਂ ਅੱਜ ਮੌਜੂਦ ਹਾਂ ਮੀਆਂ ਬ੍ਰਦਰ ਜ਼ਈ ਇੰਡਸਟਰੀ ਬੁਰੇਵਾਲਾ 'ਤੇ। ਇਹ ਵੀਡੀਓ ਤੁਹਾਡੇ ਵਾਸਤੇ ਫਰੈਸ਼ ਬਣਾਈ ਜਾ ਰਹੀ ਹੈ ਨਏ ਰੇਟਾਂ ਨੂੰ ਲੈ ਕੇ। ਜ਼ਰੀ ਔਜ਼ਾਰ ਜਿੰਨੇ ਕੁ ਮੈਂ ਦਿਖਾ ਸਕਿਆ ਉਹਨਾਂ ਦੇ ਰੇਟ ਤੁਹਾਨੂੰ ਦਿਆਂਗਾ, ਬਾਕੀ ਸਪਿਨਰ ਰੇਟ ਔਰ ਦੀਗਰ ਜਿਤਨੀਆਂ ਵੀ ਚੀਜ਼ਾਂ ਟਰੈਕਟਰ 'ਤੇ ਹੋਈ ਇਸਤੇਮਾਲ ਹੋਣ ਵਾਲੀਆਂ ਉਹਨਾਂ 'ਤੇ ਤੁਹਾਨੂੰ ਫਰੈਸ਼ ਰੇਟ ਦੇ ਦਿਆਂਗਾ। ਕਿਸੇ ਦੋਸਤ ਨੂੰ ਜ਼ਰੂਰਤ ਹੋਵੇ ਇਹਨਾਂ ਦੇ ਨੰਬਰ ਦੇ ਉੱਤੇ ਰਾਬਤਾ ਕਰਕੇ ਅਤੇ ਟੱਚ ਕਰਕੇ ਅਤੇ ਉਹ ਖਰੀਦ ਸਕਦਾ। ਅੱਛਾ ਜ਼ਾਹਦ ਭਾਈ, ਇਹ ਡਿਸਕਾਂ ਦਾ ਇੱਕ ਸੈੱਟ ਹੋਰ ਬਣਿਆ ਪਿਆ। ਅੱਛਾ, ਡਿਸਕਾਂ ਦੇ ਪੁੱਛਣ ਤੋਂ ਪਹਿਲੇ ਮੈਂ ਕਹੀ ਨਾ ਵੀ ਤੁਸੀਂ ਪਿੰਕ ਕਲਰ ਕਰਕੇ ਰੱਖਦੇ ਨੇ, ਡਿਸਕ ਨੂੰ ਕੰਪਲੀਟ ਕਲਰ ਕਿਉਂ ਨਹੀਂ ਕਰਕੇ ਰੱਖਦੇ? ਜੀ ਉਹ ਇਸ ਤਰ੍ਹਾਂ ਨਾ ਵੀ ਕੋਈ ਕਹਿੰਦਾ ਵੀ ਇਹਨੂੰ ਸੁਰਖ ਕਰਨਾ, ਕੋਈ ਕਹਿੰਦਾ ਪੀਲਾ ਕਰਨਾ ਹੋਣਾ ਜੀ, ਅਸੀਂ ਅਸਤਰ ਲਾ ਦਿੰਦੇ ਹਾਂ ਇਹਨੂੰ, ਕਹਿੰਦੇ ਅਸਤਰ ਰੰਗ ਜੀ। ਅੱਛਾ, ਇਸ ਤਰ੍ਹਾਂ ਹੀ ਅਸਤਰ ਲਾ ਤਾ ਤਾਂ ਕਿ ਜੰਗਾਲ ਨਹੀਂ ਪੈਂਦਾ ਹੈਗਾ ਜੀ। ਉਸ ਤੋਂ ਬਾਅਦ ਇੱਕ ਬੰਦਾ ਆਉਂਦਾ ਸਾਡੇ ਕੋਲ ਵੀ, ਉਹ ਕਹਿੰਦਾ ਮੈਂ 385 ਆ ਜਾਂ ਮੇਰਾ ਫੀਅਟ ਆ ਜੀ, ਉਹ ਕਹਿੰਦਾ ਮੈਂ ਸੁਰਖ ਰੰਗ ਕਰਾਉਣਾ, ਕੋਈ 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 ਕਹਿੰਦਾ ਕੋਈ ਕੋਈ ਰੰਗ ਕਹਿੰਦਾ ਵਾ ਜੀ, ਇਸ ਵਾਸਤੇ ਫਿਰ ਅਸੀਂ ਇਹਨੂੰ ਕੰਪਲੀਟ ਨਹੀਂ ਕਰਦੇ ਜੀ। ਠੀਕ ਹੋ ਗਿਆ। ਹਾਂਜੀ, ਇਹ ਡਿਸਕ ਕਿੰਨੇ ਦੀ ਹੈ ਜੀ ਬਣੀ ਹੋਈ? ਇਹ ਜੇ ਅਗਰ ਅਸੀਂ ਉਮਰ ਦੀ, ਅਸਲ ਉਮਰ ਦੇ ਤਵੇ ਪਾਏ ਹੋਏ ਆ ਜੀ, 18 ਦੀ ਹੈ ਨਾ ਜੀ, 18 ਤਵੇ ਦੀ ਆ ਜੀ, ਅਸਲ ਉਮਰ ਵਾਲੇ ਤਵੇ ਪਾ ਕੇ ਜਨਰਲ ਦੇ ਟਾਇਰ ਪਾ ਕੇ 6 ਲੱਖ ਰੁਪਏ ਦੀ ਆ ਜੀ। ਜੇ ਅਗਰ ਇਹ ਨਾਲ ਇਹਦਾ ਵੀ ਸਿਰਫ ਤਵੇ ਚੇਂਜ ਕਰਦੇ ਜਾਣ ਜੀ, ਵੀ ਚੈਨਾ ਵਾਲੇ ਪਾ ਲਏ ਜਾਣ, 555 ਪਾ ਲਓ, ਫਰਾਂਸ ਦੀ ਮੋਹਰ ਵਾਲਾ ਪਾ ਲਓ, ਇਹਦੇ ਵਿੱਚ ਕਾਫੀ ਸਾਰੀਆਂ ਚੈਨਾਂ ਦੇ ਮਿਲਦੇ, ਉਹਨਾਂ 'ਚੋਂ ਜਿਹੜਾ ਮਰਜ਼ੀ ਪਾਓ 50,000 ਰੁਪਇਆ ਘੱਟ ਜੂ, ਫਿਰ 5.5 ਲੱਖ ਰੁਪਏ ਦੇ 'ਚ, ਫਿਰ 5.5 ਲੱਖ ਰੁਪਏ ਜੀ। ਬਾਕੀ ਹਰ ਚੀਜ਼ ਇਸੇ ਤਰ੍ਹਾਂ ਰਹੂਗੀ ਜੀ, ਸਿਰਫ ਆਹ ਜਿਹੜਾ ਤਵੇ ਚੇਂਜ ਹੋਣਗੇ ਤੇ 5.5 ਲੱਖ ਰੁਪਏ ਹੋ ਜਾਊਗਾ। ਉਹ ਜਿਹੜਾ ਮੋਰ ਸ਼ੋਰ ਵਾਲਾ ਸੀਨ ਤੁਸੀਂ ਕਹਿੰਦੇ ਆ ਜੀ ਜੀ, ਉਹ ਜੈਨੂਇਨ ਵੀ ਤਵੇ ਬਾਹਰੋਂ ਆਉਂਦੇ ਆ ਕਿ ਬਸ? ਨਹੀਂ, ਇਹ ਬਾਹਰ ਦੇ ਨਹੀਂ, ਇਹ ਉਮਰ ਦੇ ਤਵੇ ਆ ਜੀ। ਅੱਛਾ, ਇਹ ਉਮਰ ਦੇ ਆ? ਉਮਰ ਦੀ, ਅਸਲ ਉਮਰ ਵਾਲੇ ਆ ਜੀ। ਬਾਹਰ ਵਾਲਾ ਗਲਤ, ਆਹ ਜਿਹੜਾ ਇਹਨਾਂ ਨੂੰ ਨਹੀਂ ਕੋਟ ਲੱਗਾ ਵਾ, ਇਹਦੇ ਕੋਟ ਤੇ ਚੈੱਕ ਹੋ ਜਾਂਦਾ ਵਾ ਵੀ ਆਇਆ ਅਸਲ ਉਮਰ ਦੇ ਆ ਜਾਂ ਨਹੀਂ, ਇਹ ਤੇ ਸਾਰੇ ਨਾਲੋਂ ਚੰਗਾ ਉਮਰ ਦਾ ਹੀ ਤਵਾ ਵਾ ਜੀ ਇਸ ਟਾਈਮ। ਅੱਛਾ ਮੀਆਂ ਸਾਹਿਬ, ਦੱਸੋ ਵੀ ਇਹਦਾ ਵਜ਼ਨ ਤਕਰੀਬਨ ਕਿੰਨਾ ਕਾ? ਇਹਦਾ ਵਜ਼ਨ ਤਕਰੀਬਨ 26 ਮਣ ਹੋਏਗਾ ਜੀ, ਤਕਰੀਬਨ ਵੀ 25.5 ਵੀ ਹੋ ਸਕਦਾ ਵਾ, 25.25 ਵੀ ਹੋ ਸਕਦਾ, 26 ਵੀ ਹੋ ਸਕਦਾ ਜੀ, ਤਕਰੀਬਨ 26 ਦੇ ਇਰਦ ਗਿਰਦ ਹੋਏਗਾ। ਇਹਦੀ ਗਰੰਟੀ ਕੀ ਆ ਜੀ? ਇਹ ਲੱਗੇ ਨਾ ਇਹਦਾ ਕੋਈ ਮਸਲਾ ਮਸਾਇਆ, ਇਹਦੇ 'ਚ ਲੱਗਣ ਵਾਲਾ ਹੀ ਮਸਲਾ ਹੁੰਦਾ, ਹੋਰ ਤਾਂ ਇਸ ਤੋਂ ਇਲਾਵਾ ਕੋਈ ਮਸਲਾ ਹੀ ਨਹੀਂ ਹੁੰਦਾ। ਲੱਗੇ ਨਾ ਤਾਂ ਸਾਡੀ ਵਾਪਸ ਕਰ ਦੇਣ ਜੀ। ਵੈਰੀ ਗੁੱਡ। ਇਸ ਤੋਂ ਬਾਅਦ ਤਾਂ ਫਿਰ ਅਸੀਂ ਕਰਾ, ਠੀਕ ਹੈ ਜੀ, ਅੱਗੇ ਆ ਗਿਆ ਕਰਾ। ਇਹ ਕਿੰਨੇ ਫੁੱਟ ਦਾ ਜੀ? ਇਹ 10 ਫੁੱਟਾ ਕਰਾਇਆ ਜੀ, ਇਹ ਡਬਲ ਢਾਲਕ ਦੇ ਵਿੱਚ ਆ ਜੀ। ਅੱਛਾ, ਪੁੱਠਾ ਸਿੱਧਾ ਚੱਲਣਾ ਜੀ? ਪੁੱਠਾ ਸਿੱਧਾ, ਪੁੱਠਾ ਪਾ ਲਓ। ਇਹ ਜਿਹੜਾ ਮੈਨੂੰ ਬਣਾ ਕੇ ਦਿੱਤਾ ਇਹ ਉਹੀ ਹੈ ਨਾ ਬਣਿਆ? ਜੀ, ਉਹਦੇ ਨਾਲ ਦਾ ਜੀ। ਅੱਛਾ, ਇਹ ਕਿੰਨਾ ਵਜ਼ਨ ਤਕਰੀਬਨ ਇਹਦਾ? ਇਹਦਾ ਤਕਰੀਬਨ 300-330 ਕਿਲੋ ਹੋ ਸਕਦਾ ਵਾ, ਵੀ ਕੋਈ ਕਿਲੋ 2 ਕਿਲੋ ਵੱਧ ਵੀ ਸਕਦਾ, ਘੱਟ ਵੀ ਸਕਦਾ ਜੀ। ਠੀਕ ਹੋ ਗਿਆ ਜੀ। ਇਹਦੀ ਕਿੰਨੀ ਕੀਮਤ ਹੈ ਜੀ? ਇਹਦੀ ਇਹ 400 ਰੁਪਏ ਕਿਲੋ ਦੇ ਹਿਸਾਬ ਨਾਲ ਜੀ। 400 ਰੁਪਏ ਕਿਲੋ ਦੇ ਹਿਸਾਬ ਨਾਲ, ਜਿੰਨਾ ਵਜ਼ਨ ਹੋਵੇ? ਜਿੰਨਾ ਵਜ਼ਨ ਹੋਵੇ ਜੀ। ਠੀਕ ਹੈ। ਹਾਂਜੀ, ਅੱਗੇ 2 ਭੇਜੇ ਬਣਾ ਕੇ ਮੰਡੀ, ਤੁਹਾਡੇ ਪਹਿਲੇ ਬਣਾਇਆ ਸੀਗਾ, ਉਸ ਤੋਂ ਬਾਅਦ ਮੰਡੀ ਭਾਵ ਦੀਆਂ 2 ਭੇਜੇ ਆ ਜੀ। ਹਾਂ, ਅਤੇ ਇੱਕ ਇਹ ਬਣਿਆ ਪਿਆ ਵਾ ਜੀ, ਇੱਕ ਪੱਤੋਕੀ ਪਹਿਲੇ ਗਿਆ ਸੀਗਾ, ਇੱਕ ਹੁਣ ਬਣਦਾ ਪਿਆ ਵਾ 8 ਫੁੱਟਾ ਪੱਤੋਕੀ ਦਾ ਜੀ। ਠੀਕ ਹੈ। ਹਾਂਜੀ, ਠੀਕ ਹੋ ਗਿਆ ਜੀ। ਅੱਛਾ ਜੀ, ਟੈਂਕੀ ਜੀ ਬਣਵਾਈ ਜੀ? ਟੈਂਕੀ ਕਿਹੜਾ ਜੀ? ਟੈਂਕੀ ਵਾਲਾ ਕੀ ਸੀ? ਇਹ ਟੈਂਕੀ ਆ ਜੀ, ਪਾਣੀ ਵਾਲੀ ਜਿਹੜੀ ਆ ਜੀ। ਇਹ ਬੰਦੇ ਸਾਹੀਵਾਲ ਦੇ ਆ ਜੀ, ਜ਼ਿਲ੍ਹਾ ਚੀਚਾਵਤਨੀ ਜੀ ਇਹਨਾਂ ਦਾ ਜੀ। ਵਾਹ। ਅਤੇ ਇਹਨਾਂ ਨੇ ਗਾਜ਼ੀਆਬਾਦ ਇੱਥੇ ਲਿਆ ਵਾ ਜੀ, ਕੋਈ ਪ੍ਰੌਂਜ ਹੀ ਬਣਾਉਂਦੇ ਪਏ ਜੀ। ਅੱਛਾ, ਇਹ ਉਹਨਾਂ ਲਈ ਅਸੀਂ ਬਣਾ ਕੇ ਦਿੱਤੀ ਆ। ਇਹ ਆ ਇੱਕ ਚੜਿਆ ਨਾ ਜੀ, ਅਸੀਂ ਆਰਜ਼ੀ ਚੜਾਇਆ ਇੱਕ ਟਾਇਰ, ਇਹ ਵੈਸੇ ਡਬਲ ਟਾਇਰ ਵਾਲੀ ਆ ਜੀ। ਅੱਛਾ, ਇਹ ਅਸੀਂ ਸਿਰਫ ਅੱਗੇ ਪਿੱਛੇ ਕਰਨ ਲਈ ਨਾ, ਫਰੇਮ ਤੋਂ ਤੇ ਟੈਂਕੀ ਰੱਖਣ ਲਈ ਅਸੀਂ ਇਹ ਲਾਏ ਆ। ਇਹਨੂੰ ਵੈਸੇ ਡਬਲ ਟਾਇਰ ਪੈਣਾ ਵਾ ਜੀ, ਇਹ ਸਿੰਗਲ ਟਾਇਰ ਵਾਲੀ ਆ। ਉੱਪਰ ਇਹਦੇ ਗਨ ਲੱਗੀ ਆ ਜੀ, ਅਗਰ ਕਿਸੇ ਜਗ੍ਹਾ 'ਤੇ ਕੋਈ ਮਸਲਾ ਮਸਾਇਲ ਹੋਵੇ, ਅੱਗ ਲੱਗ ਜੇ, ਖੁਦਾ ਨਾ ਖਾਸਤਾ, ਜਿਵੇਂ ਫਾਇਰ ਬ੍ਰਿਗੇਡ ਵਾਲਿਆਂ ਕੋਲ ਹੁੰਦੀਆਂ ਜੀ, ਇਹਨੂੰ ਜਾਂ ਕਿਸੇ ਜਗ੍ਹਾ 'ਤੇ ਸ਼ਾਦੀ ਵਿਆਹ ਤੁਸੀਂ ਉਹ ਗਰਾਊਂਡ 'ਚ ਪਾਣੀ ਲਾਉਣਾ ਚਾਹੁੰਦੇ ਜੀ, ਅਤੇ ਇਹ ਤੁਸੀਂ ਇਹਨੂੰ ਜਿੱਧਰ ਮਰਜ਼ੀ ਫੇਰ ਲਓ, ਫਿਰ ਘੁੰਮਦੀ ਵੀ ਆ ਅਤੇ ਪ੍ਰੈਸ਼ਰ ਨਾਲ ਪਾਣੀ ਵੀ ਦਿੰਦੀ ਅਤੇ ਪਿੱਛੇ ਵੀ ਲੱਗਾ ਹੋਇਆ ਪਾਣੀ ਵਾਲਾ? ਹਾਂਜੀ, ਪਿੱਛੇ ਵੀ ਲੱਗਾ, ਇਹਨੂੰ ਜਿੱਧਰ ਮਰਜ਼ੀ ਫੇਰ ਲਓ ਜੀ। ਫਿਰ ਜੇ ਅਗਰ ਪੌਦਿਆਂ ਨੂੰ ਪਾਣੀ ਲਾਉਣਾ ਵਾ ਜੀ, ਇਹ ਪੈਪ ਲੱਗਾ ਵਾ ਜੀ, ਇਹਨੂੰ ਜਿਹੜਾ ਵਾ ਜੀ, ਫਿਰ ਇਹ ਪਾਣੀ ਚੱਕਣ ਲਈ ਆ ਜੀ, ਪੀਟੀਓ ਵਾਲਾ ਸਿਸਟਮ ਆ ਗਿਆ ਜੀ, ਇਹ ਪੀਟੀਓ ਵਾਲਾ ਸਿਸਟਮ ਆ ਗਿਆ ਜੀ। ਇਹ ਵਿੱਚੋਂ ਜੇ ਅਗਰ ਪ੍ਰੈਸ਼ਰ ਨਾਲ ਤੁਸੀਂ ਕੰਮ ਕੋਈ ਵੀ ਲੈਣਾ ਚਾਹੁੰਦੇ ਆ, ਵਿੱਚੋਂ ਟੈਂਕੀ 'ਚੋਂ ਲਏਗਾ ਅਤੇ ਟਰੈਕਟਰ ਦਾ ਚੱਲੇਗਾ ਉਹ ਪੰਪ, ਅਤੇ ਇਹ ਪ੍ਰੈਸ਼ਰ ਨਾਲ ਪਾਣੀ, ਉਹ ਗਨ ਵੀ ਇਹਦਾ ਵੀ ਕੰਮ ਕਰੂ, ਇਹ ਵੀ ਕਰੂ, ਪ੍ਰੈਸ਼ਰ ਵੀ ਬਣਾ ਕੇ ਦੇਗਾ ਜੀ, ਪ੍ਰੈਸ਼ਰ ਵੀ ਬਣਾ ਕੇ, ਇਹ ਪੰਪ ਸਕਿੰਗ ਵੀ ਕਰੇਗਾ ਇਧਰੋਂ ਜੀ, ਚੱਕੇਗਾ ਵੀ ਸਹੀ, ਭਰੇਗਾ ਵੀ ਇਹਨੂੰ? ਹਾਂਜੀ, ਪਹਿਲੇ ਭਰ ਲੂਗਾ ਨਾ ਜੀ, ਜੇ ਤੁਸੀਂ ਹੁਣ ਉੱਥੋਂ ਭਰ ਲਈ ਆ ਜੀ, ਉਸ ਤੋਂ ਬਾਅਦ ਤੁਸੀਂ ਛਿੜਕਣਾ ਜਿੱਥੇ ਜੀ, ਤੁਸੀਂ ਪ੍ਰੈਸ਼ਰ ਨਾਲ ਸੁਣਨਾ ਚਾਹੁੰਦੇ ਜੀ, ਆਹ ਵਾਲ ਬੰਦ ਕਰ ਲੈਣਾ ਵਾ ਜੀ, ਇਹ ਵਾਲ ਖੋਲੋਗੇ, ਇੱਥੋਂ ਪਾਣੀ ਲਊਗਾ ਟੈਂਕੀ ਦੇ ਵਿੱਚੋਂ ਜੀ। ਠੀਕ ਆ।
ਤੇ ਇਹ ਹੈ ਵੀ 10,000 ਲੀਟਰ ਵਾਲੀ ਆ ਜੀ। 10,000 ਲੀਟਰ ਵਾਲੀ, ਹਾਂਜੀ। ਇਹਦੇ ਉੱਤੇ ਇੱਕ ਆਮ ਜਿਹੜੀਆਂ ਹੁੰਦੀਆਂ ਵਾ 7,000 ਲੀਟਰ ਵਾਲੀ ਆ, ਇਹ ਉਹਨਾਂ ਨੇ ਕਿਹਾ ਕਿ ਸਪੈਸ਼ਲ ਸਾਡੇ ਕੋਲ ਬਣਵਾਈ ਆ 10,000 ਲੀਟਰ ਵਾਲੀ ਜੀ। ਅੱਛਾ ਜੀ, ਠੀਕ ਹੈ। ਹਾਂਜੀ, ਇਹਦਾ ਸਾਈਜ਼ ਥੋੜ੍ਹਾ ਜਿਹਾ ਵੱਡਾ ਵਾ ਆਮ ਟੈਂਕੀਆਂ ਜਿਹੜੀਆਂ ਅਸੀਂ ਬਣਾਉਂਦੇ ਹਾਂ ਜੀ, ਠੀਕ ਹੈ। ਇਹ ਇਹਦਾ ਕਰਾਸ ਵਾਲਾ ਡੱਬਾ ਵਾ ਜੀ, ਠੀਕ ਹੈ। ਆਹ ਜਿਹੜਾ ਆਹ ਕਰਾਸ ਰੱਖਿਆ, ਇਹਦੇ ਵਿੱਚ ਅਸੀਂ ਕਰਾਸ ਰੱਖਿਆ, ਇੱਥੇ ਉਤਾਲਾ ਲਾ ਲੈਣ ਤਾਂ ਕਿ ਵੀ ਇਹਦਾ ਕਰਾਸ ਮਹਿਫੂਜ਼ ਆ ਜੀ। ਇਹ ਇਹਦੇ ਰਿਮ ਪਏ ਆ ਦੋ ਅੰਦਰ ਜੀ, ਤੇ ਦੋ ਆ ਲੱਗੇ ਹੋਏ ਆ, ਚਾਰ ਟਾਇਰਾਂ ਵਾਲੀ ਆ। ਉਹ ਟਾਇਰ ਸ਼ਾਇਰ ਲਿਆ ਕੇ ਆਪਣੇ ਪਾਉਣਗੇ ਜੀ, ਉਹ ਪਾਣਗੇ ਜੀ। ਇਹਦੇ ਮੀਆਂ ਸਾਹਿਬ ਕੋਈ ਅੰਦਾਜ਼ਾ ਹੈ ਵੀ ਕਿੱਥੇ ਤੱਕ ਪਹੁੰਚ ਜਾਂਦਾ ਇਹਦਾ, ਪੈਸੇ ਲੱਗ ਜਾਂਦੇ ਇਹਦੇ ਤੇ? ਇਹ 7,00,000 ਰੁਪਏ ਦੇ ਵਿੱਚ ਜਿਹੜਾ ਵਾ ਜੀ ਬਣਾ ਕੇ ਦਿੱਤੀ ਜੀ। ਜ਼ਬਰਦਸਤ ਗੰਨ ਵੀ ਇਹਦੇ ਵਿੱਚ, 7,00,000 ਦੇ ਵਿੱਚ ਗੰਨ ਵੀ ਲੱਗੀ ਆ ਜੀ, ਇਹ ਸਾਰਾ ਸਿਸਟਮ ਵੀ ਲੱਗਾ ਵਾ, ਇਹਦੇ ਪਿੱਛੇ ਆ ਡੱਬਾ ਲੱਗਾ ਵਾ ਜੀ, ਦੇਖੋ ਜੀ। ਇਹ ਕਰਾਸ ਵਾਲਾ ਇਹ ਪੈਪ ਇੱਥੇ ਰੱਖਿਆ ਜਾਂਦਾ ਵਾ ਜੀ। ਅੱਛਾ, ਠੀਕ ਹੈ। ਇਹ ਇਸ਼ਾਰੇ ਲੱਗੇ ਆ, 77-32 ਨਾਲ ਤਾਰਾਂ ਲੱਗ ਜਾਣੀਆਂ ਜੀ, ਆਹ ਟੋਚਣ ਜੀ ਅਗਰ ਪਾਣਾ ਪੈ ਜਾਂਦਾ ਵਾ ਜੀ, ਇਹ ਜਿਹੜਾ ਵਾ ਇਹਦੇ ਰੱਸੀ ਬੰਨ੍ਹ ਲੈਣੀ ਆ ਜੀ, ਅਤੇ ਜਿੱਥੇ ਤੁਸੀਂ ਖੋਲੋਗੇ ਫੁਹਾਰੇ ਨਾਲ ਪਾਉਣਾ ਚਾਹੁੰਦੇ ਜੇ, ਅਤੇ ਇਹ ਫੁਹਾਰਾ ਥੱਲੇ ਮਾਰੂਗੀ ਜੀ। ਇਹ ਵੇਖੋ ਨਾ ਜਿੱਦਾਂ ਇੱਧਰ ਦਿਖਾਓ ਜੀ, ਇਹ ਵਾਲੀ, ਹਾਂਜੀ, ਇਹ ਉਹ ਰੱਸੀ ਟਰੈਕਟਰ 'ਤੇ ਬੈਠਾ ਜੀ, ਇੱਦਾਂ ਖਿੱਚੇਗਾ ਉਹ ਜੀ, ਅਤੇ ਇਹ ਪਾਣੀ ਛਿੜਕਣ ਲੱਗ ਪਈ ਜੀ, ਉਹ ਤਾਂ ਬੰਦ ਹੋ ਗਿਆ ਜੀ, ਪਾਣੀ ਬੰਦ ਹੋ ਗਿਆ ਆਪੇ ਬੰਦ। ਇਹ ਵੇਖੋ ਉੱਪਰ ਰੱਸੀ ਉਹਨਾਂ ਦੇ ਵਿੱਚ ਜਿਹਨੇ ਉਹ ਖਿੱਚਣ ਜਾਣੀ, ਉਹ ਵੈਰਿੰਗ ਲੱਗਾ, ਵੈਰਿੰਗ ਦੇ ਉੱਤੇ ਰੱਸੀ ਚੱਲੇਗੀ, ਹਾਂਜੀ ਰੱਸੀ ਚੱਲੇਗੀ, ਠੀਕ ਹੈ, ਇਸੇ ਤਰ੍ਹਾਂ ਜੀ। ਗੁੱਡ ਹੋ ਗਿਆ, ਮਡਗਾਰਡ ਲਾਤੇ ਨੇ ਟਾਇਰਾਂ ਵਾਸਤੇ ਜੀ, ਮਰਗਾਰਡੀ ਆਡੀ ਗਾਰਡ ਲੱਗ ਗਏ ਜੀ ਉਹਨਾਂ ਦੇ, ਟੂਲ ਲੱਗੇ ਹੋਏ ਆ ਜੀ, ਇਸੇ ਤਰ੍ਹਾਂ ਐਸਾ ਜੀ। ਆ ਜਾ ਅੱਗੇ ਆ ਜਾਓ ਭਾਈ, ਇਹ ਕੁਰਸੀ ਇਹ ਵੈਸੇ ਵੀ ਅਸੀਂ ਟੂਲ ਲਾਇਆ ਹੋਇਆ ਵਾ, ਟੂਲ ਬਕਸਾ ਵੀ ਜੀ, ਜੇ ਅਗਰ ਕੋਈ ਚੀਜ਼ ਇਹਦੇ ਵਿੱਚ ਤੁਸੀਂ ਰੱਖਣੀ ਹੋਵੇ ਤਾਂ ਤੁਸੀਂ ਰੱਖ ਸਕਦੇ ਜੀ, ਜੀ ਇਹਦੇ ਵਿੱਚ ਵੀ ਉੱਧਰ ਕਰਾਸ ਲਈ ਆ ਜੀ, ਇੱਧਰ ਵੈਸੇ ਟੂਲ ਬਕਸਾ ਲਾਇਆ ਜਾਂਦਾ ਜੀ। ਠੀਕ ਹੋ ਗਿਆ, ਹਾਂਜੀ। ਇਹ ਮੁਖਤਲਿਫ ਜਿਹੜੇ ਨੇ ਉਹ ਇਹ ਡਿਜ਼ਾਈਨਾਂ ਦੇ ਸਪਿਨਰ ਬਣੇ ਪਏ ਨੇ, ਹਾਂਜੀ, ਇਹ ਵੇਟ ਪਏ ਆ ਜੀ, ਇਹ ਡੀਲੈਕਸ ਵਾਲੇ ਜੀ, ਡੀਲੈਕਸ ਵਾਲੇ, ਹਾਂਜੀ, ਜਿਹੜੇ ਹੁਣ ਡੀਲੈਕਸ ਆਉਂਦਾ ਪਿਆ। ਅੱਛਾ, ਇਹਦੀ ਕਿੰਨੀ ਕੀਮਤ ਆ ਜੀ ਡੀਲੈਕਸ ਦੇ ਵੇਟਾਂ ਦੀ? ਅੱਗੇ ਆ ਕੇ ਭਾਈ ਦਿਖਾਓ, 400-660 ਰੁਪਏ ਤਕਰੀਬਨ, 1,00,000 ਰੁਪਏ ਦੇ ਤਕਰੀਬਨ ਬਣ ਜਾਂਦੇ ਜੀ ਇਹ ਜੀ। ਅੱਛਾ, ਦੋਨਾਂ ਸਾਈਡਾਂ ਦੇ, ਹਾਂਜੀ, ਇਹ ਡਬਲ ਲੱਗਦਾ ਨਾ ਜੀ ਇੱਕ ਨੂੰ ਜੀ, ਠੀਕ ਹੈ, ਇਹ ਤਕਰੀਬਨ 110 ਕਿਲੋ ਇੱਕ ਸਾਈਡ ਦਾ ਅਤੇ 110 ਕਿਲੋ ਇੱਕ ਸਾਈਡ ਦਾ ਜੀ। ਅੱਛਾ ਜੀ, ਤੇ ਜਿਹੜਾ ਸਪਿਨਰ ਜੀ ਆ ਇਹਦੇ ਕਿੰਨੇ ਪੈਸੇ? ਸਪਿਨਰ ਜਿਹੜਾ ਡਬਲ ਆ ਜੀ, ਇਹ ਹੈਗਾ ਵਾ 28,000 ਰੁਪਏ ਦਾ ਜੀ, ਅਤੇ ਜਿਹੜਾ ਸਿੰਗਲ ਆ, ਬਾਕੀ ਤੁਸੀਂ ਉਦੋਂ ਕਿਹਾ ਸੀ ਵੀ ਨਹੀਂ ਤੁਸੀਂ 25,000 ਦਾ ਹੀ ਦੇਣਾ ਵਾ, ਅਤੇ ਉਸ ਦਿਨ ਦਾ ਫਿਰ ਮੈਂ ਜਦੋਂ ਤੁਸੀਂ ਕਿਹਾ ਸੀ 25,000 ਦਾ ਦੇਣਾ ਅਤੇ ਮੈਂ 25,000 ਦਾ ਦੇਣਾ ਵਾ। ਇਹ ਮੁਖਤਲਿਫ ਡਿਜ਼ਾਈਨ ਬਾਕੀ ਬਣੇ ਪਏ? ਮੁਖਤਲਿਫ ਡਿਜ਼ਾਈਨ ਆ ਜੀ, ਇਹ ਸਿੰਗਲ ਵਾਲਾ ਜਿਹੜਾ 20,000 ਰੁਪਏ ਦਾ ਜੀ, ਆ ਸਿੰਗਲ ਵਾਲਾ 20,000 ਰੁਪਏ, ਹਾਂਜੀ, ਬਾਕੀ ਜਿੱਦਾਂ ਦਾ ਕੋਈ ਦਿਲ ਕਰੇ ਉਦੋਂ ਦਾ ਲੈ ਲਵੇ ਜੀ, ਉਸ ਤਰ੍ਹਾਂ ਦਾ ਲੈ ਲਵੇ। ਅੱਛਾ ਜੀ, ਇਹ ਸਪੋਰਟਾਂ ਜਿਹੜੀਆਂ ਆਹ ਬਣਾਈਆਂ ਹੁਣ ਆਪਾਂ ਆਹ ਜੀ, ਇਹ ਦਿਖਾਓ ਜੀ ਲਾ ਕੇ ਕਰਕੇ। ਇਹ ਜੀ ਮੈਂ ਇੱਥੇ ਦੱਸਦਾ ਜਾਵਾਂ ਕਿ ਇਹ ਭਾਈ ਇਮਰਾਨ ਵੜੈਰ ਸਾਹਿਬ ਵਾਸਤੇ ਬਣਵਾਈਆਂ ਆ, ਇਹ ਆਪਾਂ ਉੱਥੇ ਭੇਜਣੀਆਂ ਆ ਰੀਮ ਯਾਰ ਖਾਨ ਖਾਨਪੁਰ, ਅਤੇ ਇਹ ਪੇਂਟ ਨਹੀਂ ਹਲੇ ਹੋਈਆਂ ਸੀਗੀਆਂ, ਹਲੇ ਬਣੀਆਂ ਆ, ਹੈਵੀ ਗੇਜ ਦੇ ਵਿੱਚ ਮਜ਼ਬੂਤ ਬਣੀਆਂ ਹੋਈਆਂ ਨੇ ਇਨਸ਼ਾਅੱਲਾ ਤਾਲਾ। ਇਹ ਪਿਛਲੀਆਂ ਨੇ ਅਤੇ ਉਹ ਅਗਲੀਆਂ ਨੇ, ਐਂਗਲ ਲੱਗਾ ਵਾ ਜੀ, ਇਹ ਪੱਟੀ ਲੱਗੀ 2 ਸੂਤਰ ਦੀ ਜਿਹੜੀ ਆ ਜੀ, ਹਾਂਜੀ, ਅਤੇ ਬਿਹਤਰੀਨ ਆ, ਯਾਨੀ ਕਿ ਵੀ ਇੱਦਾਂ ਦੀ ਕੋਈ ਵੀ ਨਹੀਂ ਤਕਰੀਬਨ ਬਣਾਉਂਦਾ ਜੀ। ਇਹ ਮੀਆਂ ਸਾਹਿਬ ਚਾਰੇ ਜਿਹੜੀਆਂ ਤਕਰੀਬਨ ਕਿੰਨੇ ਦੀਆਂ ਹੋਣਗੀਆਂ? ਇਹ 10,000 ਰੁਪਏ ਦੀਆਂ ਜੀ, ਜੇ ਇਹ ਬਣਾਈਏ ਇਕੱਲੀਆਂ ਇਹਦੇ ਨਾਲ ਦੀਆਂ ਚਾਰੇ ਬਣਾਈਏ ਤਾਂ ਇਹ 7,500 ਰੁਪਏ ਦੀਆਂ ਵਾ ਜੀ, ਕਿਉਂਕਿ ਇਹਨਾਂ ਨੂੰ ਇਹ ਨਾਲ ਆ ਵੀ ਲੱਗੀ ਆ ਜੀ, ਅਤੇ ਸੀ ਐਨ ਸੀ ਦੀ ਕਟਾਈ ਹੋਈ ਆ ਜੀ, ਇਸ ਵਾਸਤੇ ਇਹ 10,000 ਰੁਪਏ ਦੀਆਂ ਜੀ, ਇਹ 10,000 ਰੁਪਏ ਜੀ, ਇਹ ਚਾਰੇ ਜਿਹੜੀਆਂ ਜੀ ਜੀ। ਠੀਕ ਹੋ ਗਿਆ, ਅੱਗੇ ਆ ਸਟੇਰਿੰਗ ਆ ਗਏ ਨੇ ਜੀ, ਇਹ ਕਿੰਨੇ ਦਾ? ਇਸੇ ਰੰਗ 10,000 ਰੁਪਏ ਦਾ ਜੀ, ਜਿਹੜਾ ਮਰਜ਼ੀ ਲੈ ਲਓ ਜੀ, ਭਾਵੇਂ ਉਹ ਲੈ ਲਓ, ਇੱਥੇ ਸੰਗਲ ਵਾਲਾ ਵੀ ਆ, ਚੈਨ ਵਾਲਾ ਵੀ ਆ ਜੀ, ਬਾਕੀ ਵੀ ਉਹ ਪਿਆ ਜੀ ਕਾਫੀ ਸਾਰੇ ਜੀ। ਠੀਕ ਆ ਜੀ, ਬਿਲਕੁਲ ਠੀਕ ਆ ਜੀ, ਚੈਨ ਵਾਲਾ ਤੇ ਸੰਗਲ ਵਾਲੇ ਵੀ ਨੇ, ਹਾਂਜੀ, ਚੈਨ ਵਾਲਾ ਵੀ ਸੰਗਲ। ਓਕੇ ਜੀ, ਫਰੰਟ ਬਲੇਡ ਆ 385 ਦਾ ਜੀ, 375-385 ਦਾ ਫਰੰਟ ਬਲੇਡ ਵੀ ਲਾਉਂਦੇ ਹੋ? ਟੈਂਕੀ ਵਾਲਿਆਂ ਲਈ ਹੀ ਇਹ ਉਸੇ ਟੈਕਟ ਨੂੰ ਲੱਗਣਾ ਵਾ ਜੀ, ਜਿਨ੍ਹਾਂ ਦੀ ਟੈਂਕੀ ਹੈ ਜੀ। ਇਹ ਇਹ ਫਰੰਟ ਬਲੇਡ ਜਿਹੜਾ ਜੀ, ਇਹ ਹੁਣ ਜਿਹੜਾ ਮਟੀਰੀਅਲ ਦਾ ਬਣਿਆ ਪਿਆ, ਹਾਂਜੀ, ਕੀ ਇਹਦੀ ਪੈਸੇ ਪੂਸੇ ਤੇ ਕਿੰਨੇ ਹੁੰਦੇ ਨੇ ਤਕਰੀਬਨ? ਇਹ ਤਕਰੀਬਨ 1,75,000 ਰੁਪਏ ਦੇ ਵਿੱਚ, 70-75,000 ਦੇ ਵਿੱਚ ਹੋ ਜਾਂਦਾ ਵਾ ਜੀ, ਜਿਹਦੇ ਵਿੱਚ 10,000 ਘੱਟ ਵੀ ਸਕਦਾ ਵਾ, 10,000 ਵੱਧ ਵੀ ਸਕਦਾ, ਘੱਟ ਵੱਧ ਦੇ ਵਿੱਚ ਹੁੰਦਾ ਆ ਵੀ ਜੇ ਅਸੀਂ ਅਸੈਂਬਲੀ ਅਤੇ ਜੈਕ ਜਿਹੜੇ ਆ ਜੀ ਉਹ ਨਾਰਮਲ ਆ ਦਈਏ
ਤੇ ਫਿਰ ਕੋਈ 10,000 ਘੱਟ ਦੇ ਲੈ ਲਈਦਾ ਵਾ ਜੀ। ਜੇ ਅਸੀਂ ਸਹੀ ਇਹਦਾ ਜੈਕ ਤੇ ਉਹ ਲਾ ਦਈਏ ਤੇ ਫਿਰ ਇਹ 1,00,000 ਤੇ 75,000 ਰੁਪਏ 75,000 ਰੁਪਏ ਦਾ ਇਹ ਇਹਦਾ ਫਰੰਟ ਪਿਆ ਵਾ ਜੀ। ਅੱਛਾ ਇਹ ਵਾਲਾ ਫਰੰਟ ਪਿਆ ਦਾ ਬਲੇਡ ਜੀ, ਇਹ ਕਿੰਨੇ ਫੁੱਟ ਦਾ ਜੀ? ਇਹ ਹੈ ਜੀ 5.5 ਦਾ, ਇਹਦੇ 6 ਦਾ ਵੀ ਹੁੰਦਾ ਵਾ, ਜ਼ਰੂਰਤ ਦੇ ਮੁਤਾਬਕ ਆ ਜੀ। ਜਿੱਦਾਂ ਕੋਈ ਕਹੇ ਉਦਾਂ ਬਣ ਜਾਂਦਾ? ਬਣ ਜਾਂਦਾ ਵਾ ਜੀ। ਸਹੀ ਹੈ, ਹਾਂਜੀ ਬਸ ਘੱਟ ਹੋ ਜਾਂਦਾ, ਅਗਲੇ ਦੇ ਮੁਤਾਬਕ ਹੁੰਦਾ? ਹਾਂਜੀ ਅਗਲੇ ਦੇ ਮੁਤਾਬਕ ਹੁੰਦਾ, ਹਾਂਜੀ ਕੰਮ ਦੇ ਮੁਤਾਬਕ ਆ ਨਾ ਜੀ। ਇਹ ਹੁੱਕਾਂ ਜਨਾਬ ਅਲੱਗ ਅਲੱਗ ਤਰ੍ਹਾਂ ਦੀਆਂ ਬਣੀਆਂ ਪਈਆਂ ਨੇ, ਜਿਹੜੀ ਹੁੱਕ ਦਾ ਅਸੀਂ ਦੱਸ ਰਹੇ ਹਾਂ ਜੀ ਉਹ ਦਿਖਾ ਦਿਓ ਲਾ ਕੇ ਕਰਕੇ। ਮੀਆਂ ਸਾਹਿਬ ਆਹ ਜਿਹੜੀ ਹੁੱਕ ਬਣੀ ਪਈ ਹੈ ਇਹਦੇ ਪੀਟੀਓ ਵੀ ਚੱਲ ਜਾਂਦੀ ਹੈ? ਇਹਦੇ ਪੀਟੀਓ ਵੀ ਚੱਲ ਜਾਂਦੀ ਹੈ, ਇਸੇ ਤਰ੍ਹਾਂ ਇਹ ਖੋਲਣੀ ਨਹੀਂ ਪੈਂਦੀ, ਸਿਰਫ ਇੱਕ ਵਾਰੀ ਤੁਸੀਂ ਕੱਸ ਲੈਣਾ ਹੈ ਜੀ ਅਤੇ ਉਹ ਤੋਂ ਬਾਅਦ ਇਹਨੂੰ ਲਾਹਣ ਦੀ ਜ਼ਰੂਰਤ ਨਹੀਂ। ਇਸੇ ਤਰ੍ਹਾਂ ਹੀ ਰੋਟਾਵੇਟਰ ਚੱਲਦਾ ਤੁਹਾਡਾ ਜੀ, ਅਤੇ ਇਸੇ ਤਰ੍ਹਾਂ ਟਰਾਲੀ ਡਿਸਕਾਂ ਜੋ ਵੀ ਆ ਜੀ, ਇਹ 500 ਮਾਣ ਜਿਹੜਾ ਵਜ਼ਨ ਜਿਹੜਾ ਨਾ ਆਰਾਮ ਨਾਲ, ਜ਼ਿਮੀਂਦਾਰੇ ਦਾ ਇੰਨਾ ਕੁ ਹੁੰਦਾ 450-500 ਮਾਣ, ਅਤੇ ਜ਼ਿਮੀਂਦਾਰੇ ਲਈ ਬਿਹਤਰੀਨ ਲੋਕ ਆ ਜੀ। ਇਸ ਤੋਂ ਉੱਪਰ ਕੋਈ ਕਹਿੰਦਾ ਵਾ ਜੀ ਅਤੇ ਫਿਰ ਆ ਸਾਡੇ ਕੋਲ ਐਡਜਸਟ ਵਾਲੀ ਹੈ ਓਕਾ ਜੀ, ਇਹ ਤਕਰੀਬਨ 40,000 ਰੁਪਏ ਦੀ ਹੈ ਜਿਹੜੀ ਆ, ਉਹ ਇਹਨਾਂ ਤੋਂ ਭਾਰੀ ਆ, ਇਹ 44,000 ਰੁਪਏ ਦੀ ਆ ਜੀ। ਅੱਛਾ, ਆਹ ਜਿਹੜੀ ਆਹ ਫੀਅਰ ਦੀਆਂ ਨੇ ਜੀ, ਇਹ ਫੀਅਰ ਦੀਆਂ ਵਾ ਜੀ, ਇਹ ਫੀਅਰ ਨੂੰ ਜਿਹੜੀ ਦਿਮਾਗ ਨੂੰ ਲੱਗ ਕੇ ਆਉਂਦੀ ਆ ਨਾ ਜੀ ਨਾਲ, ਇਹ ਉਹ ਆ ਜੀ ਅਸਲ। ਇਹਦਾ ਆਂਡੇ ਨਾਲ ਕਾਬਲੇ ਲੱਗਦੇ, ਉਹ ਦੇਖੋ ਪਿੱਛੇ ਕੰਨ ਜੇ ਆ ਨਾ ਜਿਹੜੇ ਜੀ ਅਸਲ ਭਾਈ, ਇਹ ਉਹ ਆਂਡੇ ਨਾਲ ਕਾਬਲੇ ਕੱਸੇ ਜਾਂਦੇ ਨੇ ਜੀ। ਅੱਛਾ ਮੀਆਂ ਸਾਹਿਬ, ਫੀਅਟ ਵਾਸਤੇ ਕੋਈ ਹੈਵੀ ਡਿਊਟੀ ਵੀ ਕਦੀ ਕੋਈ ਚੀਜ਼ ਤਿਆਰ ਕੀਤੀ ਹੈ ਕਦੇ ਕੋਈ? ਉਹ ਫੀਅਟ ਇੰਨਾ ਕੁ ਵਜ਼ਨ ਚੁੱਕ ਸਕਦਾ ਜੀ, ਫੀਅਟ ਲਈ ਹੈਵੀ ਹੁੱਕ ਕਰਦੀ ਹੈ ਜੀ, ਅਤੇ ਫਿਰ ਉਹਦਾ ਟਿਊਬ ਟੁੱਟ ਜੂਗੀ। ਅੱਛਾ, ਹਾਂਜੀ ਵੀ ਉਹ ਇੰਨੀ ਕੁ ਹੁੰਦੇ ਤੇ ਹੈਵੀ ਬਹੁਤੀ ਨਹੀਂ ਰੱਖੀ ਜਾ ਸਕਦੀ ਜੀ। ਅੱਛਾ, ਉਹ ਹੁੱਕ ਇਹਦੇ ਨਾਲੋਂ ਭਾਰੀ ਹੈ ਕਿ ਇਹਦੇ ਨਾਲੋਂ ਆਹ ਭਾਰੀ ਹੈ? ਇਹ ਭਾਰੀ ਸਾਰਿਆਂ ਨਾਲੋਂ ਜੀ, ਲੇਕਿਨ ਇਹ ਥੋੜ੍ਹਾ ਜਿਹਾ ਨਾ ਜੀ ਟਰਾਲਾ ਨੀਵਾਂ ਰਹਿੰਦਾ ਵਾ, ਜਿਹੜੇ ਕਿਸੇ ਸਾਈਡ 'ਤੇ ਜਿਹੜੀ ਲਾਹੌਰ ਵਾਲੀ ਸਾਈਡ ਆ ਨਾ ਜੀ, ਇੱਧਰ ਡਬਲ ਉਹਨੂੰ ਉਹ ਪਿੱਛੇ ਲਵਾ ਕੇ ਉਹਨਾਂ ਲਈ ਠੀਕ ਹੋ ਗਿਆ। ਆਹ ਜਿਹੜੀ ਆ ਕੇ ਜਾਲੀਆਂ ਆ ਗਈਆਂ ਜੀ, ਇਹ ਜਾਲੀਆਂ ਆ ਗਈਆਂ ਜੀ, ਇਹ ਪਹਿਲੇ ਬਣਾਉਂਦੇ ਸੀ ਨਾ ਜੀ ਅਸੀਂ, ਜਿਹੜਾ ਜੈਨੂਅਨ ਸਲੰਸਰ ਆ ਉਹਦੇ 'ਤੇ ਲੱਗਦੀ ਸੀ ਕਾਲੀ ਜਾਲੀ ਜੀ, ਫਿਰ ਕੋਈ ਦੋਸਤਾਂ ਨੇ ਕਿਹਾ ਵੀ ਸਾਨੂੰ ਜਿਹੜਾ ਨਾ ਜੀ ਸਟੀਲ ਕਲਰ ਦੇ ਵਿੱਚ ਕਰਾ ਕੇ ਦਿਓ ਆਹ ਜਿਹੜੀ ਆ ਜੀ, ਇਹ ਫਿਰ ਅਸੀਂ ਉਹ ਉਹਦੇ 'ਚ ਕਰਾਤੀ ਆ, ਇਹ ਹੁਣ ਸਟੀਲ ਦੇ ਵਿੱਚ ਆ ਜੀ। ਉਹ ਕਾਲਾ ਸਲੰਸਰ ਜੀ ਤੁਸੀਂ ਸਟੀਲ ਕਰਦੇ ਹੋ? ਹਾਂਜੀ, ਇਹ ਗੋਲ ਦੇ ਵਿੱਚ ਆ ਜੀ, ਇਹਦੇ ਨਾਲ ਦੀ ਆ, ਲੇਕਿਨ ਸਟੀਲ ਦੇ ਵਿੱਚ ਆ ਜੀ, ਉਹ ਕਾਲੀ ਹੈ ਅਤੇ ਇਹ ਕਾਲੀ ਆ ਜੀ। ਇਹਨਾਂ ਦੀ ਕੀ ਕੀਮਤ ਹੁੰਦੀ ਹੈ? ਇਹ ਜਿਹੜੀ ਆ ਜੀ 4500 ਰੁਪਏ ਦੀ ਆ ਜੀ, ਇਹ ਜਿਹੜੀ ਆ ਦੋਨੇ ਸਟੀਲ ਦੇ ਵਿੱਚ 5500 ਰੁਪਏ ਦੀ। ਠੀਕ ਹੈ ਜੀ, ਭਾਵੇਂ ਚੌਰਸ ਲੈ ਲਵੇ ਭਾਵੇਂ ਕੋਈ ਗੋਲਡ ਲੈ ਲਵੇ, ਕੇਡੀਐਮ ਜਿਹੜੀਆਂ ਹੋਈਆਂ ਜਿਹੜੀਆਂ ਵੀ ਉਹਨਾਂ ਦਿਲ ਕਰੇ ਜੀ। ਬਾਕੀ ਆ ਸਲੰਸਰ ਆ ਜੀ, ਆ ਟਾਪ ਲੈਂਕ ਜਿਹੜੀ ਮੋਟੀ ਚੂੜੀ ਵਾਲੀ, ਟਾਪ ਲੈਂਕ ਆ ਵੀ ਉਹ ਕੁਝ ਬੰਦੇ ਕਹਿੰਦੇ ਵੀ ਸਾਨੂੰ ਮੋਟੀ ਚੂੜੀ ਦੀ ਚਾਹੀਦੀ ਆ ਜੀ, ਇਹ ਚੌਰਸ ਚੂੜੀ ਵਾਲੀ ਜਿਹਨੂੰ ਕਹਿੰਦੇ, ਹਾਂਜੀ ਜਿਹਨੂੰ ਚੌਰਸ ਕਿਨਾਰੇ ਵਾਲੀ। ਹਾਂਜੀ, ਇਹ ਕਿੰਨੇ ਦੀ ਆ ਜੀ? ਇਹ ਤਕਰੀਬਨ ਮੇਰਾ 4500 ਰੁਪਏ ਦੀ ਆ ਜੀ, ਆਹ 4000 ਦੀ ਹੋਣੀ ਜੀ। ਹਾਂਜੀ, ਰੇਟ ਦਾ ਪਤਾ ਕਿਉਂਕਿ ਖਾਲੀ ਪੈਪ ਆ ਕਿ ਸਲੰਸਰ? ਨਹੀਂ ਨਹੀਂ, ਸਲੰਸਰ ਮੁਕੰਮਲ ਆ ਜੀ, 40 ਸਮੀਏ ਦਾ ਜੀ। ਠੀਕ ਹੋ ਗਿਆ, ਮੁਕੰਮਲ ਸਲੰਸਰ ਆ ਜਿਹੜਾ? ਹਾਂਜੀ, ਇਹ ਤਕਰੀਬਨ 18,000 ਦਾ, 40 ਮੀਲ 40 ਲਾ ਲਓ ਤਾਂ 14,000 ਦਾ। ਠੀਕ ਹੋ, ਉਹ ਗੇਅਰ ਵਾਲਾ ਟਾਪਾ ਪਿਆ ਵਾ ਜੀ। ਅੱਛਾ, ਗੇਅਰ ਵਾਲਾ ਟਾਪਾ, ਇਹਦੀ ਵੀ ਇਸ ਵਾਰੀ ਦੱਸ ਦਿਓ ਕਿੰਨੀ ਕੀਮਤ ਹੈ, ਕਿਹੜੇ ਟਰੈਕਟਰ ਦਾ ਹੈ? ਇਹ 2-wheel ਦਾ ਜੀ, 2-wheel ਦਾ। ਹਾਂਜੀ ਠੀਕ, ਇਹ 8,000 ਦਾ, ਇਸ ਤੋਂ ਜ਼ਿਆਦਾ ਬਚਣਾ। ਅੱਛਾ ਜੀ, ਇਹ 8,000 ਦਾ ਜਿਹੜਾ 4-wheel ਵਾਲਾ, ਉਹ 9,000 ਦਾ ਜੀ। 9,000? ਹਾਂਜੀ, ਸਪੇਸਰ ਪਾ ਦਿੰਦੇ ਮਿਸਾਲ ਤੌਰ, ਉਹਦੇ ਵਿੱਚ ਫਿਰ ਉਹ 4-wheel ਵਾਲਾ ਹੀ ਲੱਗਦਾ ਵਾ ਜੀ। ਹਾਂ ਠੀਕ ਹੈ, ਜਿਹਨੂੰ ਸਪੇਸਰ ਪਾਉਂਦੇ ਹਾਂ। ਅੱਛਾ ਮੀਆਂ ਸਾਹਿਬ, ਜਿਹੜੀ ਪਲੇਟ ਇਹਨੂੰ ਚੱਕਿਓ ਜ਼ਰਾ ਪਿੱਛਾ ਹਟਾਓ, ਹੁਣ ਦੁਬਾਰਾ ਲਾਓ। ਇਹ ਜਿਹੜੀ ਡਿਲੈਕਸ ਨੂੰ ਆਈ ਉਹ ਜੀ, ਇਹ ਡਿਲੈਕਸ ਨੂੰ ਆਈ ਜਿਹੜੀ, ਇਹ ਦੋਨਾਂ ਸਾਈਡਾਂ ਤੇ ਇਹਨਾਂ ਕਾਬਲਿਆਂ 'ਚ ਕੱਸੀ ਜਾਂਦੀ? ਇਹਨਾਂ ਕਾਬਲਿਆਂ 'ਚ ਕੱਸੀ, ਉਹ ਭੰਨ ਤੋੜ ਤਾਂ ਨਹੀਂ ਕਰਨੀ ਪਈ? ਕੋਈ ਸ਼ੈ ਨਹੀਂ ਕਰਨੀ ਪਊਗੀ ਜੀ, ਵੇਖੋ ਉੱਥੇ ਕਾਬਲੇ ਆ ਜਾਣਗੇ, ਆਹ ਜਿਹੜੇ ਆ ਇਹ ਉੱਥੇ ਕਾਬਲੇ ਆ ਜਾਣਗੇ। ਅੱਛਾ, ਇਹ ਕਿੰਨੇ ਦੀ ਜੀ ਦੋਵਾਂ ਸਾਈਡਾਂ ਦੀ ਜੋੜੀ ਹੈ? ਇਹ 7,000 ਰੁਪਏ ਦੀ। ਅੱਛਾ, ਇਹ ਚੀਜ਼? ਹਾਂਜੀ ਠੀਕ ਹੈ। ਇਹ ਇੱਥੋਂ ਸ਼ੋ ਸ਼ੂ ਦਾ ਕੋਈ ਇਸ਼ੂ? ਨਹੀਂ ਨਹੀਂ, ਬਿਲਕੁਲ ਕੋਈ, ਇੱਕ ਆਮ ਆਦਮੀ ਆਪੇ ਨਹੀਂ ਜਾ ਕੇ ਕੱਸ ਸਕਦਾ? ਹਾਂਜੀ ਹਾਂਜੀ ਠੀਕ ਹੈ। 7,000 ਦੀ ਜੋੜੀ ਹੈ ਜੀ? ਜੀ 7,000 ਦੀ। ਇਹਨਾਂ ਨੂੰ ਖੁੱਲ੍ਹੇ ਮੈਂ ਤੁਹਾਨੂੰ ਵੀਡੀਓ ਭੇਜ ਦਾਂਗਾ, ਵੈਸੇ
260 ਦੀ ਵੀ ਹੈਗੀ ਹੈ 260 ਦੇ ਵਿੱਚ ਨਾ ਜੀ ਇੱਥੇ ਉਹ ਤੰਗ ਹੁੰਦਾ ਵਾ 260 ਦੀ ਉਹ ਮਾੜੀ ਗਾਣਾ ਦੇ ਵਿੱਚ ਅਸੀਂ ਦੇ ਦਿੰਨੇ ਆ ਅਸੀਂ ਇਹ ਤੇ ਪਲੇਟ ਦੇ ਦਿੰਨੇ ਪਲੇਟ ਦੇ ਦਿੰਨੇ ਆ ਜੀ ਉਹਦੇ ਵਿੱਚ ਨਾ ਪਲੇਟ ਟਰੈਕਟਰ ਨੂੰ ਵੀ ਆ ਕਲਚ ਤੋਂ ਬਾਅਦ ਜਿਹੜਾ ਨਾ ਜੀ ਇਹਨੂੰ ਖੋਲ ਕੇ ਤੇ ਇਹਦਾ ਸਪੇਸਰ ਹੀ ਪਾਣਾ ਵਾ ਜੀ ਅੱਛਾ ਵੇਟਰ ਸਪੇਸਰ ਪਾਣਾ ਉਹਦਾ ਜੀ ਹਾਂਜੀ ਗੁੱਡ ਹੋ ਗਿਆ ਇਹ ਟਾਪਾ ATS ਦਾ ਪਿਆ ਵਾ ਜੀ ਇੱਥੇ ATS ਦਾ ਤੇ 65 ਵਾਲੇ ਨੂੰ ਦੋਨਾਂ ਨੂੰ ਲੱਗ ਜਾਂਦਾ ਹਾਂਜੀ ਹਾਂਜੀ ਇਹ 265 ਨੂੰ ਤੇ ATS ਨੂੰ ਇਹ ਉਹਨਾਂ ਨੂੰ ਲੱਗਣ ਲਈ ਆ ਜੀ ਇਹ ਕਿੰਨੇ ਦਾ ਆ ਜੀ 8000 ਦਾ ਗੁੱਡ ਹੋ ਗਿਆ ਨਾ ਕਰ ਲਈਏ ਤਾਂ ਇਹ ਤਾਂ ਬਹੁਤ ਚਾਦਰ ਲੱਗਦੀ ਹੈ ਜੀ ਕੀ ਰੇਟ ਹੈ ਇਹਦਾ ਜਿਹੜਾ ਕੱਲ ਖਾਲੀ ਯੂ ਹੈ ਇਹ ਖਾਲੀ ਜਿਹੜਾ ਯੂ ਹੈ ਨਾ ਜੀ ਉਹ ਪਿਆ 385 ਦੀ ਹੈ ਫੀਅਟ ਦੇ ਆ ਜੀ ਇਹ ਵੀ 385 ਦਾ ਵਾ ਜੀ ਤੇ ਇਹ ਖਾਲੀ ਜੇ ਅਗਰ ਤੁਸੀਂ ਯੂ ਲਓਗੇ ਤੇ 22000 ਰੁਪਏ ਦਾ ਵਾ ਜੀ ਠੀਕ ਹੈ ਜੇ ਅਗਰ ਤੁਸੀਂ ਇਹ ਮੁਕੰਮਲ ਫਰੇਮ ਲਓਗੇ ਚੌਰਸ ਛੱਤ ਦੇ ਵਿੱਚ ਜੀ ਇਹ ਹੈ 33000 ਰੁਪਏ ਦਾ ਫਰੇਮ ਜਿਹੜਾ ਵਾ ਜੀ ਜੇ ਅਗਰ ਤੁਸੀਂ ਗੋਲ ਛੱਤ ਦੇ ਵਿੱਚ ਲੈਂਦੇ ਜੇ ਜੀ ਇਹ ਗੋਲ ਛੱਤ ਦਾ ਫਰੇਮ ਆ ਜੀ ਅੱਛਾ ਇਹ ਜਿਹੜਾ ਹਾਂਜੀ ਇਹ ਗੋਲ ਟਾਪੇ ਦਾ ਜੀ ਇਹ 35000 ਦਾ ਕਿਉਂਕਿ ਇਹਦਾ ਫਿਰ ਵਾਹਵਾ ਖਰਾਰਾ ਕਰਨਾ ਪੈ ਜਾਂਦਾ ਜੀ ਤਕਰੀਬਨ 35-36000 ਰੁਪਏ ਦਾ ਇਹ ਜੀ ਠੀਕ ਹੋ ਗਿਆ ਹਾਂਜੀ ਬਾਕੀ ਆ ਸਾਰੇ ਓਵਰਆਲ ਮੁਕੰਮਲ ਛੱਤ ਜਿਹੜੀ ਆ ਸਸਤੀ ਤੋਂ ਸਸਤੀ ਕਿੰਨੀ ਦੀ ਮਿਲ ਜਾਂਦੀ ਹੈ ਟਾਪੇ ਜਿਹੜੇ ਨਵੇਂ ਨਵੇਂ ਵਾਲੀ ਆ ਨਹੀਂ ਜੇ ਅਗਰ ਇਹਨੂੰ ਏਸੇ ਨੂੰ ਆਪਾਂ ਸਾਦਾ ਟਾਪਾ ਲਾ ਦਿੰਦੇ ਹਾਂ ਜੀ ਬਹੁਤ ਅੱਛਾ ਜਿਹੜਾ ਫਾਈਬਰ ਦਾ ਵਾ ਜੀ ਉਹ 13000 ਰੁਪਏ ਦਾ ਵਾ ਜੀ ਅੱਛਾ ਉਹਦੇ 'ਚ 11000 ਦਾ ਵੀ ਹੈਗਾ 8000 ਦਾ ਵੀ ਹੈਗਾ ਵਾ ਇਹ ਸਾਦੇ ਟਾਪੇ ਆ ਜੀ ਜੇ ਗੋਲ ਟਾਪਾ ਲਾਵਾਂਗੇ ਉਹਦੇ 'ਚ 22000 ਦਾ ਵੀ ਹੈਗਾ 18000 ਦਾ ਵੀ ਹੈਗਾ ਵਾ ਜੀ ਠੀਕ ਹੈ ਅੱਗੇ ਆ ਜਾਓ 85000 ਦਾ ਵਾ ਜੀ ਫਿਰ ਜੇ ਅਗਰ ਉਹ ਆਮ ਟਾਪਾ ਲਾਉਂਦੇ ਹਾਂ ਜੀ ਮਹਿੰਗੇ ਤੋਂ ਮਹਿੰਗਾ ਕੰਮ ਹੁੰਦਾ ਜਾਂਦਾ ਫਿਰ ਉਹ ਮਹਿੰਗੇ ਤੋਂ ਮਹਿੰਗਾ 85000 ਦਾ 385 ਨੂੰ ਜਿਹੜਾ ਓਵਰ ਸਾਈਜ਼ ਟਾਪਾ ਆਇਆ ਉਹ 90000 ਰੁਪਏ ਦਾ ਵਾ ਜੀ ਅਤੇ ਇਸੇ ਤਰ੍ਹਾਂ ਹੀ ਫਿਰ ਉਹ ਅੱਗੇ ਕੋਈ ਕਹਿੰਦਾ ਵੀ ਪਿੱਛੇ ਮੈਂ ਬੂਫਰ ਲਵਾਉਣੇ ਆ ਉਹ ਜਿਵੇਂ ਜਿਵੇਂ ਕਰਦਾ ਭਾਵੇਂ 2 ਲੱਖ ਤੱਕ ਲੈ ਜਾਵੇ ਛੱਤ ਫਿਰ ਜੀ ਸਹੀ ਆ ਆ ਉਹ ਸਾਦਾ ਟਾਪਾ ਜਿਹੜਾ ਫੀਅਟ ਵਾਲਾ ਜਿਹੜਾ ਜੀ ਹਾਂਜੀ ਇਹ ਚਕਵਾਲ ਵਾਲੀ ਸਾਈਡ ਤੇ ਬਹੁਤ ਚੱਲਦਾ ਵਾ ਜੀ ਇਹ ਟਾਪਾ ਜਿਹੜਾ ਸਾਦਾ ਟਾਪਾ ਹਾਂਜੀ ਛੋਟਾ ਟਾਪਾ ਆ ਉਹ ਜਿਹੜਾ ਵੱਡਾ ਟਾਪਾ ਜੋ ਮਾੜਾ ਜਿਹਾ ਦਿਖਾਓ ਜੀ ਤੇ ਨਾਲੇ ਉਹ ਮੀਆਂ ਸਾਹਿਬ ਦੱਸਿਓ ਦਾ ਰੇਟ ਕੀ ਸੀ ਮੁੰਡਾ ਇੱਕ ਪੁੱਛਦਾ ਸੀਗਾ ਚਲੋ ਉਹ ਵੀਡੀਓ ਦੇਖ ਲਏਗਾ ਉਹਨੂੰ ਪਤਾ ਲੱਗ ਜਾਏਗਾ ਇਹ ਟਾਪਾ ਕਿੰਨੇ ਦਾ ਇਹ ਟਾਪਾ 22000 ਰੁਪਏ ਦਾ ਵੱਡੇ ਮੈਸੀ ਤੇ ਜਾਂ ਫੀਅਟ ਫੂਡ ਵਾਸਤੇ ਵੱਡੇ ਫੀਅਟ ਤੇ 385 ਲਈ 385 ਹਾਂਜੀ ਵੱਡੇ ਫੀਅਟ 50 ਦਾ ਆਪਣਾ ਕੋਈ ਨੰਬਰ ਸ਼ੇਅਰ ਕਰੋ ਦੋਸਤਾਂ ਦੇ ਨਾਲ ਜੀ 0302-99-199 ਜੀ 0302-699-199 ਜੀ ਠੀਕ ਹੋ ਗਿਆ ਜੀ ਇਹ ਜਨਾਬ ਭਾਈ ਜ਼ਾਹਦ ਸਾਹਿਬ ਦਾ ਨੰਬਰ ਹੈ ਤੁਹਾਡੇ ਕੋਲ ਨੰਬਰ ਆ ਗਿਆ ਜਿਹੜੀ ਵੀ ਚੀਜ਼ ਤੁਸੀਂ ਇਹਦੇ ਵਿੱਚੋਂ ਲੈਣਾ ਚਾਹੋ ਉਹ ਤੁਸੀਂ ਦੇਖ ਸਕਦੇ ਆ ਖਰੀਦ ਸਕਦੇ ਆ ਇਹਨਾਂ ਕੋਲ ਮੰਗਵਾ ਸਕਦੇ ਆ ਇਹ ਬਹੁਤ ਸਾਰੀਆਂ ਆਈਟਮਾਂ ਤਕਰੀਬਨ ਜਿਹੜੀਆਂ ਲੋਕਾਂ ਨੂੰ ਫੋਨ ਤੇ ਉਹਨਾਂ ਦੇ ਡੋਰ ਸਟੈਪ ਤੇ ਸਰਵਿਸ ਮਿਲ ਜਾਂਦੀ ਹੈ ਇਹ ਫਰੰਟ ਬਲੇਡ ਆ ਸਾਡੇ ਕੋਲ ਫੀਅਟ ਦੇ ਵੀ ਪਏ ਆ ਜੀ ਆ ਦੇਖੋ ਨਾ ਜੀ ਇਹ ਫੀਅਟ ਦੇ ਵਿੱਚ 640 ਦੇ ਵਿੱਚ ਆ ਜੀ ਇਹ ਫਰੰਟ ਬਲੇਡ ਜਿਹੜਾ ਬਾਹਰ ਤੁਹਾਨੂੰ ਦਿਖਾਇਆ ਸੀਗਾ ਜੀ ਅੱਛਾ ਅੱਛਾ ਇਹ ਜਿਹੜਾ ਵਾ ਫਰੰਟ ਬਲੇਡ ਦੇ ਜਿਹੜਾ ਨਾ ਗਾਡਰੀਆਂ ਇਹ 640 ਦੀਆਂ ਵਾ ਜੀ ਫੀਅਟ ਵਾਲੀ ਹਾਂਜੀ ਫੀਅਟ ਵਾਲੀਆਂ ਜੀ ਤੇ ਉਹ 480 ਦੀਆਂ ਇਸੇ ਤਰ੍ਹਾਂ ਹੀ ਆ ਸਮਾਨ ਆ ਥੱਲੇ ਵੀ ਪਿਆ ਵਾ ਕਿਰਾਇਆਂ ਦਾ ਹੀ ਆ ਜੀ ਇਹ ਵੀ ਫਰੰਟ ਕਿਰਾਏ ਦਾ ਹੀ ਆ ਜੀ ਸਾਰਾ ਇਹ ਰੂਸੀ ਦਾ ਫਰੰਟ ਬਲੇਡ ਦਾ ਪਿਆ ਵਾ ਬਾਕੀ ਬਲੇਡ ਜਿਹੜੇ ਬਾਹਰ ਪਏ ਫਰੰਟ ਬਲੇਡ ਰੂਸੀ ਦੇ ਤੇ ਬਲਕਿ ਤੇਰੇ ਕੋਲ ਸਾਰੇ ਟਰੈਕਟਰਾਂ ਦੇ ਸਾਰੇ ਟਰੈਕਟਰਾਂ ਦੇ ਜੀ 240 260 375 385 ਜੀ ਤੇ ਰੂਸੀ ਜੀ ਇਹ ਮਡਗਾਰਡ ਆ ਗਏ ਇਹਦੇ ਜੀ ਇਹ ਮਡਗਾਰਡ ਆ ਗਏ ਜਿਹੜੇ ਹਾਂਜੀ 4x4 ਦੇ ਇਹ ਸਾਡੇ ਕੋਲੇ ਇਹ ਪਲਾਸਟਿਕ ਦੇ ਵਿੱਚ ਵੀ ਆ ਜੀ ਜਿਹੜੇ ਟਰੈਕਟਰ ਦੇ ਨਾਲ ਲਾ ਕੇ ਆਉਂਦੇ ਪਿਆ ਜੀ ਇਹ ਵੀ ਆ ਜੀ ਉਹ ਸਾਡੇ ਕੋਲੇ ਲੋਹੇ ਦੇ ਵੀ ਆ ਜੀ ਲੋਹੇ ਦੇ ਵੀ ਹੈਗੇ ਜੀ ਹਾਂਜੀ ਜਿਹੜਾ ਵੀ ਕੋਈ ਪਸੰਦ ਕਰੇ ਉਸ ਹਿਸਾਬ ਨਾਲ ਹੀ ਇਹ ਅਸੀਂ ਦੇ ਦਿੰਦੇ ਜੀ ਠੀਕ ਹੋ ਗਿਆ ਜੀ ਮਾਸ਼ਾਅੱਲਾ ਵੈਲ ਡਨ ਵੈਰੀ ਗੁੱਡ ਜੀ